ਭੇਖੂਵਾਦੀ ਉਹ ਪਿੰਡ ਖੇਤਾਂ ਵਾਲੀ ਸਾਈਡ ਤੇ ਪਿੰਡ ਵਾਲੀ ਸਾਈਡ ਹੋਵੇਗੀ। ਹਰਿਆਊ ਦੀ ਟੀਮ ਇੱਕ ਤਕੜਾ, ਦੂਜਾ ਸੈਮੀ ਫਾਈਨਲ, ਮਾੜਾ ਮੋਟਾ ਰੌਲਾ ਰੱਪਾ ਵੀ ਆਪਾਂ ਪਾਉਣਾ ਵੀ ਬਰੇਟਿਆਂ ਤੱਕ ਪਤਾ ਲੱਗੇ ਵੀ ਜਲਵੇੜੇ ਦੇ ਵਿੱਚ ਟੂਰਨਾਮੈਂਟ ਹੁੰਦਾ ਤੇ ਲਵੀ ਲਵੀ ਪਾ ਕਬੱਡੀ ਵੀ ਮੁੰਡਾ ਪੂਰਾ ਏ ਤੇਜ ਖੇਡ ਦੀ ਦਾ ਪੂਰਾ ਏ ਕਰੇਜ ਪੈਰਾਂ ਥੱਲੇ ਦੇ ਅੱਗ ਮੱਚਦੀ ਸਿੱਖੂ ਵਾਸੀ ਲਭੀ ਦੀ ਤਾਂ ਕਬੱਡੀ ਪੂਰੀ ਜੱਜਦੀ ਤੇ ਜਾਫੀ ਚਾਰ ਹੁਣ ਕੌਣ ਲਾਓ ਜੱਫਾ ਇਹ ਸਮੇਂ ਦੀ ਗੱਲ ਹੋਣੀ ਮੇਰੇ ਪੰਜਾਬੀ ਵੀਰੋ ਪਰ ਬੂਟਾ ਹਰਿਆਊ ਵਾਲਾ ਤੇ ਪੁਆਇੰਟ ਰੇਡਰ ਦਾ ਕੱਦੂ ਸਤਪਾਲ ਕੱਦੂ ਭੰਮਿਆਂ ਵਾਲਾ ਗਰਾਊਂਡ ਦੇ ਵਿੱਚ ਪੁੱਜ ਜਾਵੇ ਲਭੀ ਧਰਮ ਹੈ ਕਰ ਗੱਲ ਮੁੰਡੇ ਦੀ ਆ ਗਈ ਗੱਲ ਕਹਿੰਦੇ ਸਿਰੇ ਤੇ ਪਹੁੰਚ ਗਿਆ ਹੁਣ ਕੋਈ ਇਤਰਾਜ਼ ਨਹੀਂ ਕਿਸੇ ਦਾ ਲਓ ਰਵੀ ਦੀ ਮੈਦਾਨ ਦੇ ਵਿੱਚ ਕਬੱਡੀ ਪੈਂਦੀ ਹੈ ਦੋਨੇ ਟੀਮਾਂ ਚੋਟੀ ਦੀਆਂ ਨੇ ਅੱਜ ਆਮਣੇ ਸਾਹਮਣੇ ਟੱਕਰ ਆ ਵੇਖੋ ਇੱਕ ਪਾਸੇ ਜੱਗਾ ਤੇ ਦੂਜੇ ਪਾਸੇ ਰਵੀ ਰਵੀ ਜ਼ਿਲ੍ਹਾ ਬਠਿੰਡੇ ਦਾ ਜੱਗਾ ਵਾਲਾ ਬੱਲੇ 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 ਕਬੱਡੀ 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 ਹਾਏ ਰੱਬਾ ਜਦੋਂ ਜਾਨ ਹੈ ਫਸਿਆ ਉਦੋਂ ਦਾ ਧਲੋਕਾ ਹੂਟਰ ਵੀ ਵੱਜਣ ਦਾ ਨਾਂ ਨਹੀਂ ਲੈਂਦਾ ਲੈ ਵੀ ਮੁੰਡਿਆ ਛੇੜ ਆ ਕਬੱਡੀ ਦੀ ਗੱਲ ਆ ਗਿਆ ਸੇਬੀ ਪੱਟ ਦੇ ਅੰਦਰਲੇ ਪਾਸੇ ਦੋ ਥਾਪੀਆਂ ਮਾਰੀਆਂ ਨੇ ਲੈ ਵੀ ਦੋਤੜੇ ਵਾਲਿਆ ਚੈੱਕ ਕਰ ਇਹਦੇ ਜਿਸਮ ਦੇ ਵਿੱਚ ਭਰਿਆ ਕੀ ਹੈ ਤੇ ਬੱਲੇ 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 ਪਰ ਡਬਲ ਹੋ ਗਿਆ ਲੈ ਵੀ ਨੌਜਨ ਨਾਲ ਫਾਲ ਹੋ ਗਿਆ ਪੁਆਇੰਟ ਰੇਡਰ ਦਾ ਹੈਲੋ ਹਾਂਜੀ ਵੀਰ ਜੀ ਦਰਸ਼ਕਾਂ ਨੂੰ ਇੱਕ ਪਿੰਡ ਟੀਮ ਦਾ ਪਿੰਡ ਇੱਕ ਖਿਡਾਰੀ ਦਾ ਨਾਂ ਜ਼ਰੂਰ ਦੱਸੋ ਇਹੀ ਦੱਸਣਾ ਜੀ ਅਸੀਂ ਇੱਧਰੋਂ ਮੈਚ ਬੰਦ ਰੱਖਿਓ ਸਾਡੀ ਜ਼ਿੰਮੇਵਾਰੀ ਇਹੀ ਹੈ ਲਓ ਮੈਦਾਨ ਦੇ ਵਿੱਚ ਬੱਬੇ ਪੰਡਤ ਦੀ ਕਬੱਡੀ ਹਰਿਆਊ ਦੀ ਟੀਮ ਦੇ ਵੱਲੋਂ ਤੇ ਦੂਸਰੇ ਪਾਸੇ ਸੇਖੂਬਾਹ ਦੀ ਟੀਮ ਦੇ ਚਾਰ ਹਥਿਆਰ ਨੇ ਹੁਣ ਕੌਣ ਚੱਲਦਾ ਇਹ ਗੱਲ ਸਮੇਂ ਦੀ ਹੈ ਜਤਿੰਦਰ ਬੱਬੇ ਦੀ ਪੈਂਦੀ ਕਬੱਡੀ ਮੈਦਾਨ ਦੇ ਵਿੱਚ ਤੇ ਨੀਟੂ ਬਰੇਟਾਂ ਵਾਲਾ ਫੈਸਲੇ ਕਰਦਾ ਨੰਬਰ ਹਰਿਆਊ ਦੀ ਟੀਮ ਦੇ ਵਾਸਤੇ ਜੁੜ ਗਿਆ ਹਰਿਆਊ ਦੀ ਟੀਮ ਦੇ ਵਾਸਤੇ ਜੁੜ ਗਿਆ ਲੈ ਵੀ ਤਾਰੀ ਦੋਤੜੇ ਵਾਲਾ ਤੇ ਬੂਟਾ ਹਰਿਆਊ ਵਾਲਾ ਜਿੰਨੇ ਜਫੇ ਲਾਉਣਗੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨੇ ਸੌ ਸੌ ਦੇ ਮਾਣ ਹੋਣਗੇ ਲਓ ਮੈਦਾਨ ਦੇ ਵਿੱਚ ਲਵੀ ਦੀ ਪੈਂਦੀ ਕਬੱਡੀ ਹਰਿਆਊ ਦੀ ਟੀਮ ਦੇ ਚਾਰ ਆਫੀ ਨੇ ਘਰੋੜੀ ਖੜਾ ਤੇ ਦੂਜੇ ਪਾਸੇ ਬੂਟਾ ਆਹ ਮੁੰਡਾ ਆਪਾਂ ਵੇਖਦੇ ਹਾਂ ਵੀ ਦੋਤੜੇ ਦਾ ਤਾਰੀ ਹੈ ਤੇ ਨੰਬਰ ਜਿਹੜਾ ਸੇਖੂ ਵਾਸੀਆ ਮੁੰਡਾ ਆਪਣੀ ਟੀਮ ਦੇ ਲਈ ਜੋੜ ਗਿਆ ਆ ਗਿਆ ਮੁੰਡਾ ਰਵੀ ਲੈ ਵੀ ਕਾਬਲ ਨੰਗਲੇ ਵਾਲਿਆ ਕਰ ਫਿਰ ਇਸ ਮੁੰਡੇ ਆ ਗਿਆ ਰਵੀ ਰਵੀ ਮੈਨੇ ਸੂਰਜ ਹੁੰਦਾ ਪਰ ਆ ਵੀ ਸੂਰਜ ਵਰਗਾ ਖਿਡਾਰੀ ਤੇ ਜਾਫੀ ਚਾਰ ਹੁਣ ਕੌਣ ਲਾਊ ਜੱਫਾ ਲੈ ਵੀ ਕੋਟ ਪੱਤੇ ਵਾਲਿਆ ਬੜੀ ਦੂਰੋਂ ਆਇਆ ਨੌਜਵਾਨਾਂ ਤੇ ਬੱਲੇ ਬੱਲੇ ਹੋਈ ਪਈ ਖੇਡ ਦੇ ਮੈਦਾਨ ਦੇ ਵਿੱਚ ਭੁੱਚੋ ਦੇ ਏਰੀਏ ਦਾ ਖਿਡਾਰੀ ਲਾਉਂਦਾ ਹੋਇਆ ਜੱਫਾ ਵੱਜਦੇ ਹੋਏ ਪੰਪ ਤੇ ਬੱਲੇ ਬੱਲੇ ਹੋਈ ਪਈ ਮਾੜਾ ਮੋਟਾ ਰੌਲਾ ਰੱਪਾ ਪਾ ਦਿਓ ਦਰਸ਼ਕ ਵੀਰੋ ਜੇ ਜੱਫਾ ਵਧੀਆ ਲੱਗਿਆ ਸੇਖੂਵਾਹ ਦੀ ਟੀਮ ਜਿੱਤੀ ਆ ਤਾਂ 200 ਲਓ ਮੈਦਾਨ ਦੇ ਵਿੱਚ ਸੇਬੀ ਦੀ ਪੈਂਦੀ ਕਬੱਡੀ ਤੇ ਹਰਿਆਊ ਵਾਲਿਓ ਜੇ ਫਾਈਨਲ ਦੇ ਵਿੱਚ ਪਹੁੰਚਣਾ ਤਾਂ ਮੁੰਡੇ ਨੂੰ ਫੜਨਾ ਪਊਗਾ ਪਰ ਆ ਵੇਖੋ ਟੈਕਨੀਕਲ ਪੁਆਇੰਟ ਬਰੇਟਾਂ ਵਾਲਾ ਸ਼ੇਰਾ ਫੈਸਲੇ ਕਰਦਾ ਕਿ ਰੇਡਰ ਦੇ ਵਾਸਤੇ ਜੁੜਦਾ ਹੋਇਆ ਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਜਤਿੰਦਰ ਬੱਬਾ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ ਕੀਤੀਆਂ ਨੇ ਮਿਹਨਤਾਂ ਤਾਂ ਬੋਲਦਾ ਰਾਜ ਲਹਿੜੀ ਘਰ ਖਾਂਦੇ ਗੱਭਰੂ ਮਿੱਟੀਆਂ 'ਚ ਹੱਡ ਰਗੜਾਉਂਦੇ ਗੱਭਰੂ ਮਿੱਟੀਆਂ 'ਚ ਹੱਡ ਰਗੜੇ ਨੇ ਮੁੰਡਿਆਂ ਨੇ ਫਿਰ ਕਿਤੇ ਜਾ ਕੇ ਮੈਦਾਨ ਦੇ ਵਿੱਚ ਧਮਾਲ ਪੈਂਦੀ ਹੈ ਲਓ ਬੱਬੇ ਪੰਡਤ ਦੀ ਪੈਂਦੀ ਕਬੱਡੀ ਤੇ ਹੁਣ ਸੇਖੂਵਾਹ ਦੀ ਟੀਮ ਦੇ ਚਾਰ ਆਫੀ ਨੇ ਬਿੰਦਰ ਵਰਗੇ ਕਾਲੇ ਵਰਗੇ ਝਰੀਰ ਦਾ ਆ ਮੁੰਡਾ ਜੱਗਾ ਜਿਹਨੂੰ ਫੜਿਆ ਕਹਿੰਦੇ ਫਿਰ ਭੱਜਣ ਨਹੀਂ ਦਿੰਦਾ ਆ ਮੁੰਡਾ ਤੇ ਦੂਜੇ ਪਾਸੇ ਬੱਬੇ ਪੰਡਤ ਦੀ ਪਈ ਕਬੱਡੀ ਤੇ ਜੱਗਾ ਖੈਰਾ ਝਰੀਰ ਵਾਲਾ ਪੁਆਇੰਟ ਦਾ ਵਾਧਾ ਕਰ ਗਿਆ ਇਸ ਵੇਲੇ ਆਪਣੀ ਟੀਮ ਦੇ ਵਾਸਤੇ ਨਾਲ ਹੀ ਅਗਲੇ ਮੈਚ ਦੀਆਂ ਟੀਮਾਂ 62 ਕਿਲੋ ਦੀਆਂ ਬਿਲਕੁਲ ਤਿਆਰ ਰਹਿਣ ਤੇ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਲਵੀ ਦੀ ਹੈ ਆ ਗਿਆ ਲਵੀ ਐਨ ਚੜ੍ਹਦੀ ਜੀ ਬਰੇਜ ਦੇ ਵਿੱਚ ਆ ਮੁੰਡੇ ਦੀ ਬੜੀ ਚਰਚਾ ਹੋਈ ਹੈ ਲਵੀ ਹਰਿਆਊ ਵਾਲਿਆ ਜੱਫਾ ਲੱਗ ਗਿਆ ਨਾ ਦੁਨੀਆਂ ਐਨ ਗੱਲਾਂ ਕਰੂਗੀ ਵੇਖੋ ਬੱਲੇ 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 ਸਵਾਦ ਕਬੱਡੀ 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 ਪਰ ਪੁਆਇੰਟ ਇਸ ਵੇਲੇ ਲਵੀ ਦਾ ਐਨ ਤਕੜੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਰਵੀ ਰਵੀ ਮੈਨੇ ਸੂਰਜ
ਭਾਸਕਰ ਮੈਨੇ ਵੀ ਸੂਰਜ, ਦਿਨੇਸ਼ ਮੈਨੇ ਵੀ ਸੂਰਜ, ਪਰ ਆ ਰਵੀ ਇਸ ਵੇਲੇ ਵਧਿਆ ਹੋਇਆ ਨੌਜਵਾਨ, ਇੱਕ ਆਲੋਵਾਲ ਢੇਰੀਆਂ ਦਾ, ਇੱਕ ਦਿਓਰੇ ਵਾਲਾ, ਇੱਕ ਆਹ ਤੁਹਾਡੇ ਸਾਹਮਣੇ ਤੇ ਜਾਫੀ ਚਾਰ ਐਨ ਚੋਟੀ ਦੇ ਤੇ ਕੌਣ ਲਾਊ ਜੱਫਾ, ਪੈ ਗਿਆ ਪੰਗਾ ਇਧਰਲੇ ਪਾਸੇ ਨੌਜਵਾਨ। ਰਵੀ ਤਕੜੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ, ਧਰਮਾ ਜੀ ਕਰੋ ਗੱਲ ਮੁੰਡੇ ਦੀ। ਲਾਓ ਗੁਰਸੇਵਕ ਸਿੰਘ ਸੇਬੀ ਸੇਖੂਬਾਦ ਦੇ ਟੂਰਨਾਮੈਂਟ ਤੋਂ ਮੋਡੀ ਬਾਈ ਸਕੂਟਰ ਜਿੱਤਿਆ, ਆਹ ਮੁੰਡੇ ਨੇ ਤੇ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵਧਿਆ ਹੋਇਆ। ਦੋਤੜੇ ਦਾ ਤਾਰੀ ਤੇ ਹਰਿਆਊ ਦਾ ਬੂਟਾ ਜਿੰਨੇ ਜਫੇ ਲਾਉਣਗੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਦੇ ਵੱਲੋਂ, ਉਹਨੇ ਸੌ ਸੌ ਦੇ ਮਾਣ ਹੋਣਗੇ। ਲੈ ਬੂਟਿਆ ਲਾ ਜੱਫਾ, ਪਰ ਆਹ ਮੁੰਡਾ ਵੇਖੋ ਇਸ ਵੇਲੇ ਕਰਦਾ ਟਰਾਈ, ਕਰਦਾ ਟਰਾਈ ਤੇ ਇਹ ਵਾਹ ਨੰਬਰ ਜਿਹੜਾ ਗੁਰਸੇਵਕ ਸੇਬੀ ਸੇਖੂ ਵਾਸ ਦੀ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ ਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਬਾਬਾ ਪੰਡਿਤ ਮੈਦਾਨ ਦੇ ਵਿੱਚ ਫਿਰ ਬਿਲਕੁਲ ਤਿਆਰ ਹੈ। ਬਾਬੇ ਪੰਡਿਤ ਦੀ ਪੈਂਦੀ ਕਬੱਡੀ, ਕਹਿੰਦੇ ਜਿਹੜਾ ਬੰਦਾ ਕਿਸੇ ਪਿੱਛੇ ਲੱਗ ਕੇ ਬੋਲਦਾ ਉਹ ਗੁਲਾਮ ਰਹਿੰਦਾ। ਪਤਾ ਕਿਉਂ? ਕੋਇਲ ਕਿਸੇ ਦੀ ਬੋਲੀ ਨਹੀਂ ਬੋਲਦੀ, ਬਾਗਾਂ ਦੇ ਵਿੱਚ ਆਜ਼ਾਦ ਰਹਿੰਦੀ ਹੈ, ਆਜ਼ਾਦ ਰਹਿੰਦੀ ਹੈ। ਤੋਤਾ ਜਦੋਂ ਕਿਸੇ ਦੇ ਪਿੱਛੇ ਲੱਗ ਕੇ ਬੋਲਦਾ ਤਾਂ ਨਾਲ ਦੀ ਨਾਲ ਪਿੰਜਰੇ 'ਚ ਆ ਜਾਂਦਾ, ਪਿੰਜਰੇ 'ਚ ਆ ਜਾਂਦਾ। ਬੱਬਰ ਸ਼ੇਰ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਉਹ ਚਾਹੇ ਬਾਹਰ ਹੈ ਚਾਹੇ ਪਿੰਜਰੇ 'ਚ ਹੈ, ਕਹਿੰਦੇ ਬੱਬਰ ਸ਼ੇਰ ਤਾਂ ਬੱਬਰ ਸ਼ੇਰ ਹੀ ਹੁੰਦਾ। ਆਹ ਵੇਖੋ ਵੀ ਬਾਬਾ ਪੰਡਿਤ ਹਰਿਆਊ ਦੀ ਟੀਮ ਦੇ ਵਾਸਤੇ ਪੁਆਇੰਟ ਦਾ ਵਾਧਾ ਕਰ ਗਿਆ। ਅਗਲੀ ਕਬੱਡੀ ਤੇ ਕੱਲ ਸਾਡਾ ਬਾਈ ਕਾਬਲ ਨੰਗਲੇ ਵਾਲਾ ਕਰੇਗਾ। ਆ ਗਿਆ ਲੱਭੀ ਕਬੱਡੀ ਪਾਉਣ ਦੇ ਲਈ, ਇਹਦਾ ਸੇਖੂਵਾਸ ਪਿੰਡ ਹੈ, ਲਹਿਰੇ ਦਾ ਏਰੀਆ ਤੇ ਜਾਫੀ ਚਾਰ ਨੇ, ਹੁਣ ਕੌਣ ਲਾਊ ਜੱਫਾ? ਇਹ ਸਮੇਂ ਦੀ ਗੱਲ ਹੋਣੀ ਮੇਰੇ ਪੰਜਾਬੀ ਵੀਰੋ। ਲੱਭੀ ਦੋਦੜੇ ਵਾਲਾ ਹੋ ਤਕੜਾ, ਬੱਲੇ ਬੱਲੇ ਬੱਲੇ, ਸਵਾਦ ਕਬੱਡੀ ਦਾ ਬੂਟਾ ਤੇ ਲੱਭੀ ਲੱਗਿਆ ਪਿਆ ਜ਼ੋਰ, ਬੱਲੇ ਬੱਲੇ ਐਣ ਲੱਭੀ ਨੌਜਵਾਨ ਲਾਲਾ ਮਾਰਦਾ ਜਿਵੇਂ ਕੱਪੜੇ ਵਾਲਾ ਥਾਲ ਲਾਲਾ ਮਾਰਦਾ ਵੀ ਆਹ ਵੇਖੋ ਭੈਣ ਜੀ, ਆਹ ਨਹੀਂ ਪਹਿਲਾਂ, ਆਹ ਵੇਖੋ ਭੈਣ ਜੀ। ਰਵੀ ਫਿਰ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਜਾਫੀ ਚਾਰ, ਹੁਣ ਕੌਣ ਲਾਊ ਜੱਫਾ? ਇਹ ਸਮੇਂ ਦੀ ਗੱਲ ਹੋਊ ਮੇਰੇ ਪੰਜਾਬੀ ਵੀਰੋ। ਫੱਤੇ ਵਾਲਾ ਨੌਜਵਾਨ ਛਿੰਦਾ ਵੱਜਦੇ ਹੋਏ ਪੰਪ ਐਨ ਲਾ ਤਕੜਾ ਜੱਫਾ, ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਤੇ ਆ ਗਿਆ ਸੇਬੀ ਤੇ ਗੱਲ ਧਰਮਾ ਜੀ ਕਰਨਗੇ ਇਸ ਮੁੰਡੇ ਦੀ। ਲਾਓ ਗੁਰਸੇਵਕ ਸਿੰਘ ਸੇਬੀ ਆ ਗਿਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ। ਲੈ ਵੀ ਮੁੰਡੇ ਦੇਖੋ ਨੇੜੇ ਹੋ ਕੇ ਕਿ ਮੁੰਡੇ ਦੇ ਜਿਸਮ ਦੇ ਵਿੱਚ ਕਿੰਨੀ ਕੁ ਜਾਨ ਹੈ, ਕਰੋ ਚੈੱਕ, ਕਿਉਂਕਿ ਦੌਲਿਆਂ ਤੇ ਮਾਨ ਹੋਵੇ, ਪੱਟਾਂ ਵਿੱਚ ਜਾਨ ਹੋਵੇ, ਖੋਪੜੀ 'ਚ ਹੋਵੇ ਤਕਨੀਕ ਮਿੱਤਰੋ, ਉਹ ਮੁੰਡਾ ਟੱਪਣ ਨੂੰ ਨਹੀਂ ਦਿੰਦਾ ਫਿਰ ਲੀਕ ਮਿੱਤਰੋ। ਹੁਣ ਕੌਣ ਆਹ ਮੁੰਡੇ ਨੂੰ ਕਹਿੰਦੇ ਦਿੱਲੀ ਦੂਰ ਕਰੂਗਾ, ਕੌਣ ਹੰਦਿਆਂ ਤੱਕ ਪਹੁੰਚਣ ਨਹੀਂ ਦੇਵੇਗਾ? ਆਹ ਵੇਖੋ ਮੈਦਾਨ ਦੇ ਵਿੱਚ ਟੈਕਨੀਕਲ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਗੁਰਸੇਵਕ ਸਿੰਘ ਸੇਬੀ ਆਪਣੀ ਟੀਮ ਦੇ ਵਾਸਤੇ, ਸੇਖੂਵਾਦ ਦੀ ਟੀਮ ਦੇ ਵਾਸਤੇ ਪੁਆਇੰਟ ਦਾ ਵਾਧਾ ਕਰ ਗਏ। ਹਰਿਆਊ ਦੇ ਪੁਆਇੰਟ ਰਹਿ ਗਏ ਤਿੰਨ, ਸੇਖੂਵਾਦ ਦੀ ਟੀਮ ਚੱਲਦੇ ਮੈਚ ਦੇ ਵਿੱਚ ਜੇਤੂ ਰਹੀ ਹੈ।